ਫਲੋਰੀਡਾ ਦੇ ਵਿੱਚ ਪ੍ਰੋਪਰਟੀਆਂ ਸ਼ੋਰਟ ਟਰਮ ਰੈਂਟਲ ਜਾਂ ਤੁਸੀਂ ਇੱਥੇ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਆ, ਕਿਵੇਂ ਦੀਆਂ ਪ੍ਰੋਪਰਟੀਆਂ, ਕੀ ਕੁਛ ਹੈਗਾ ਆ ਜੀ? ਚੈਂਪੀਅਨ ਗੇਟਸ ਕਮਿਊਨਿਟੀ ਆ, ਇਹ ਉਹਦਾ ਕਲੱਬ ਹਾਊਸ ਆ, ਕਾਇੰਡ ਆਫ ਸਮਾਲ ਵੰਡਰਲੈਂਡ। ਕੀ ਕੁਛ ਅੰਦਰ ਹੈਗਾ? ਥੀਏਟਰ, ਸਲਾਈਡਸ, ਲੇਜ਼ੀ ਰਿਵਰ, ਪੂਲਸ, ਬੀਚ ਵਾਲੀਬਾਲ। ਨੇਬਰਹੁੱਡ ਆ ਰੀਯੂਨੀਅਨ ਫਲੋਰੀਡਾ, ਸੋ ਇਹ ਨੇਬਰਹੁੱਡ ਵੀ ਸਪੈਸੀਫਿਕਲੀ ਗੇਟਿਡ ਕਮਿਊਨਿਟੀ ਆ। ਤੁਹਾਨੂੰ ਮੈਂ ਅੱਜ ਦੀ ਵੀਡੀਓ ਦੇ ਵਿੱਚ ਦਿਖਾਊਂਗਾ ਫਲੋਰੀਡਾ ਦੇ ਵਿੱਚ ਪ੍ਰੋਪਰਟੀਆਂ ਸ਼ੋਰਟ ਟਰਮ ਰੈਂਟਲ ਜਾਂ ਤੁਸੀਂ ਇੱਥੇ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਆ, ਕਿਵੇਂ ਦੀਆਂ ਪ੍ਰੋਪਰਟੀਆਂ, ਕੀ ਕੁਛ ਹੈਗਾ ਆ। ਜੇ ਤੁਸੀਂ ਫਸਟ ਟਾਈਮ ਮੇਰੇ ਯੂਟਿਊਬ ਚੈਨਲ 'ਤੇ ਆਏ ਆ ਤਾਂ ਸਾਰਿਆਂ ਨਾਲੋਂ ਪਹਿਲਾਂ ਪ੍ਰੈਸ ਕਰ ਦਿਓ ਲਾਈਕ, ਸਬਸਕ੍ਰਾਈਬ ਐਂਡ ਬੈਲ ਆਈਕਨ, ਤਾਂ ਕਿ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਸਾਰਿਆਂ ਨਾਲੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ। ਅਤੇ ਇਸ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਤੁਸੀਂ ਆ ਮੇਰੇ ਪਿੱਛੇ ਦੇਖ ਸਕਦੇ ਆ, ਇਹ ਹੈਗੀ, ਆਪਾਂ ਇੱਥੋਂ ਸਟਾਰਟ ਕਰਦੇ ਹਾਂ, ਚੈਂਪੀਅਨ ਗੇਟ ਨੇਬਰਹੁੱਡ। ਇਹ ਕੋਈ ਇਹ ਨਹੀਂ ਹੈਗਾ ਵੀ ਆਹ ਖਾਲੀ ਰਿਜ਼ੋਰਟ ਆ ਜਾਂ ਕੋਈ ਹੋਟਲ ਆ, ਪਿੱਛੇ ਜਿਹੜੀਆਂ ਪ੍ਰੋਪਰਟੀਆਂ ਇਹ ਤੁਸੀਂ ਬਾਏ ਕਰ ਸਕਦੇ ਆ। ਤਾਂ ਮੈਂ ਤੁਹਾਨੂੰ ਦਿਖਾਊਂਗਾ ਇੱਥੇ ਦੂਸਰੀ ਸਾਈਡ 'ਤੇ ਸ਼ੋਰਟ ਟਰਮ ਰੈਂਟਲ ਜਿਹੜੀਆਂ ਪ੍ਰੋਪਰਟੀਜ਼ ਆ, ਉਹਨਾਂ ਦੀ ਮੈਂ ਤੁਹਾਨੂੰ ਪ੍ਰਾਈਜ਼ ਵਾਈਜ਼ ਦਿਖਾਊਂਗਾ ਕਿੰਨੇ ਕੁ ਦੀਆਂ ਮਿਲਦੀਆਂ ਆ, ਅਤੇ ਆਪਾਂ ਕੁਛ ਹੋਰ ਨੇਬਰਹੁੱਡਸ ਕਵਰ ਕਰਾਂਗੇ। ਜੇ ਤੁਸੀਂ ਜਾਣਨਾ ਚਾਹੁੰਦੇ ਆ ਫਲੋਰੀਡਾ ਓਰਲੈਂਡੋ ਦੇ ਬਾਰੇ ਤਾਂ ਇਹ ਵੀਡੀਓ ਐਂਡ ਤੱਕ ਤੁਸੀਂ ਜ਼ਰੂਰ ਦੇਖਿਓ। ਅਤੇ ਜੇ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਆ। ਜੇ ਤੁਸੀਂ ਓਰਲੈਂਡੋ ਫਲੋਰੀਡਾ ਦੇ ਵਿੱਚ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਆ, ਮੇਰੀ ਟੀਮ ਦੇ ਵਿੱਚ ਰੀਅਲਟਰ ਹੈਗੇ ਆ ਜਿਹੜੇ ਤੁਹਾਨੂੰ ਹੈਲਪ ਕਰ ਸਕਦੇ ਆ। ਤੁਸੀਂ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਤੁਸੀਂ ਪ੍ਰੋਪਰਟੀ ਇੱਥੇ ਬਾਏ ਕਰਨਾ ਚਾਹੁੰਦੇ ਆ, ਟੋਰਾਂਟੋ ਜਾਂ ਕੈਨੇਡਾ ਲੀਵ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ, ਮੈਂ ਤੁਹਾਨੂੰ ਰਾਈਟ ਰੀਅਲਟਰ ਦੇ ਨਾਲ ਹੁਕਅਪ ਕਰਾ ਸਕਦਾ ਹਾਂ। ਸੋ ਚਲੋ ਪਹਿਲਾਂ ਆਪਾਂ ਦੇਖਦੇ ਹਾਂ ਚੈਂਪੀਅਨ ਗੇਟਸ ਦੇ ਵਿੱਚ ਸ਼ੋਰਟ ਟਰਮ ਰੈਂਟਲ ਦੀਆਂ ਕਿਹੜੀਆਂ ਕਿਹੜੀਆਂ ਆਪਸ਼ਨ ਆ, ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਊਂਗਾ ਦੂਸਰੀ ਪ੍ਰੋਪਰਟੀ ਜਿਹੜੇ ਰੈਗੂਲਰ ਹੋਮਸ ਆ। ਸੋ ਲੈਟਸ ਗੋ ਐਕਸਪਲੋਰ ਚੈਂਪੀਅਨ ਗੇਟ ਨੇਬਰਹੁੱਡ। ਹਾਂਜੀ, ਆ ਜਿੱਥੇ ਮੈਂ ਹੁਣ ਖੜਿਆ ਇਹ ਚੈਂਪੀਅਨ ਗੇਟਸ ਕਮਿਊਨਿਟੀ ਆ, ਸਪੈਸ਼ਲੀ ਜੇ ਤੁਸੀਂ ਪ੍ਰੋਪਰਟੀ ਲੈ ਕੇ ਅਤੇ ਸ਼ੋਰਟ ਟਰਮ ਰੈਂਟਲ ਕਰਨਾ ਚਾਹੁੰਦੇ ਆ। ਸੋ ਇਹ ਡਿਜ਼ਨੀਲੈਂਡ ਤੋਂ ਕਰੀਬ 15 ਮਿੰਟ ਦੀ ਡਰਾਈਵ 'ਤੇ ਆ। ਤੁਸੀਂ ਇੱਥੇ ਨਾਲ ਬਿਲਕੁਲ ਗੇਟਡ ਕਮਿਊਨਿਟੀ ਵੀ ਹੈਗੀ ਹੈ ਜੇ ਤੁਸੀਂ ਇੱਥੇ ਪ੍ਰੋਪਰਟੀ ਲੈ ਕੇ ਆਪ ਰਹਿਣਾ ਚਾਹੁੰਦੇ, ਜਿੱਥੇ ਏਅਰਬੀਐਨਬੀ ਨਹੀਂ ਅਲਾਊਡ ਹੈਗੀ। ਬਟ ਇਸ ਨੇਬਰਹੁੱਡ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਪ੍ਰੋਪਰਟੀਆਂ, ਤੁਸੀਂ ਨੇਬਰਹੁੱਡ ਸਾਰੀ ਦੇਖ ਸਕਦੇ, ਜ਼ਿਆਦਾਤਰ ਜਿਹੜੀਆਂ ਪ੍ਰੋਪਰਟੀਆਂ ਉਹ ਏਅਰਬੀਐਨਬੀ 'ਤੇ ਆ। ਸੋ ਮੇਰੇ ਪਿੱਛੇ ਆਹ ਜਿਹੜੀ ਪ੍ਰੋਪਰਟੀ ਅੱਜ ਮੈਂ ਤੁਹਾਨੂੰ ਦਿਖਾਊਂਗਾ, ਸੋ ਆਹ ਜਿਹੜੀ ਪ੍ਰੋਪਰਟੀ ਆ ਇਹ ਪ੍ਰੋਪਰਟੀ ਇਹਦੀ ਮੈਂ ਤੁਹਾਨੂੰ ਪ੍ਰਾਈਜ਼ ਦੱਸ ਦਿੰਦਾ। ਇਹ ਜਿਹੜੀ ਲਿਸਟ ਹੋਈ ਆ $635,000 ਦੀ ਲਿਸਟ ਹੋਈ ਆ। 2016 ਦੇ ਵਿੱਚ ਇਹ ਪ੍ਰੋਪਰਟੀ ਬਿਲਟ ਹੋਈ ਸੀਗੀ
ਇਹਦੀ ਸਕੁਏਅਰ ਫੁੱਟੇਜ ਹੈਗੀ ਆ, ਡੀਟੈਚ ਹੋਮ ਆ, ਤੁਸੀਂ ਦੇਖ ਸਕਦੇ ਆ 3291 ਸਕੁਏਅਰ ਫਿੱਟ ਆ ਇਸ ਪ੍ਰੋਪਰਟੀ ਦੇ। ਏਅਰਬੀਐਨਬੀ ਦੇ ਕਿਉਂਕਿ ਇਹ ਆਲਰੇਡੀ ਰਨ ਹੋ ਰਹੀ ਹੈ, ਇਹ ਜੇ ਤੁਸੀਂ ਬਾਏ ਕਰਦੇ ਆ ਇਹਦੇ ਆਲਰੇਡੀ ਬੁੱਕ ਆ, ਇਹਦੇ 'ਚ $24,000 ਦੀ ਜਿਹੜੀ ਫਿਊਚਰ ਬੁਕਿੰਗਸ ਹੈਗੀਆਂ ਜਿਹੜੀਆਂ ਤੁਸੀਂ ਕੈਰੀ ਔਨ ਕਰ ਸਕਦੇ ਆ। ਸੋ ਜੇ ਤੁਸੀਂ ਇੱਥੇ ਪ੍ਰੋਪਰਟੀ ਫਲੋਰੀਡਾ ਦੇ ਵਿੱਚ, ਆਹ ਕਾਫੀ ਫੇਮਸ ਨੇਬਰਹੁੱਡ ਹੈ, ਹੋਰ ਵੀ ਨੇਬਰਹੁੱਡਸ ਹੈਗੀ, ਮੈਂ ਤੁਹਾਨੂੰ ਇੱਕ ਦੋ ਹੋਰ ਦਿਖਾਊਂਗਾ ਜਿੱਥੇ ਤੁਸੀਂ ਸ਼ੋਰਟ ਟਰਮ ਰੈਂਟਲ ਕਰ ਸਕਦੇ ਆ, ਲੋਕ ਪ੍ਰੋਫੈਸ਼ਨਲੀ ਸ਼ੋਰਟ ਟਰਮ ਰੈਂਟਲ ਕਰਦੇ ਆ। ਅਤੇ ਦੂਸਰਾ ਜਿਹੜਾ ਹੈਗਾ, ਇੱਥੇ ਤੁਸੀਂ ਪ੍ਰੋਪਰਟੀ ਮੈਨੇਜਮੈਂਟ ਟੀਮ ਵੀ ਹਾਇਰ ਕਰ ਸਕਦੇ ਆ, ਜਾਂ ਜਿਹਨੂੰ ਆਪਾਂ ਕੰਪਨੀ ਕਹਿ ਸਕਦੇ ਹਾਂ, ਪ੍ਰੋਪਰਟੀ ਮੈਨੇਜਮੈਂਟ ਕੰਪਨੀ ਹਾਇਰ ਕਰਕੇ ਉਹਦੇ ਥਰੂ ਵੀ ਤੁਸੀਂ ਪ੍ਰੋਪਰਟੀ ਮੈਨੇਜਮੈਂਟ ਦੇ ਥਰੂ ਵੀ ਤੁਸੀਂ ਇਹ ਮੈਨੇਜ ਕਰਵਾ ਸਕਦੇ ਹਾਂ, ਅਤੇ ਤੁਸੀਂ ਆਪ ਵੀ ਇਹ ਪ੍ਰੋਪਰਟੀ ਬਾਏ ਕਰਕੇ ਅਤੇ ਇਹਨੂੰ ਕਲੀਨਿੰਗ ਵਗੈਰਾ ਆਪ ਮੈਨੇਜ ਕਰ ਸਕਦੇ ਹਾਂ। ਸੋ ਜੇ ਕੈਨੇਡਾ ਦੇ ਵਿੱਚੋਂ ਤੁਸੀਂ ਇੱਥੇ ਪ੍ਰੋਪਰਟੀ ਲੈਣਾ ਚਾਹੁੰਦੇ, ਇਹ ਥੋੜ੍ਹੀ ਜਿਹੀ ਹਾਈ ਐਂਡ ਪ੍ਰੋਪਰਟੀ ਆ, ਮੈਂ ਇੱਥੋਂ ਸਟਾਰਟ ਕੀਤਾ, ਬਟ ਮੈਂ ਤੁਹਾਨੂੰ ਅੱਗੇ ਚੱਲ ਕੇ ਦਿਖਾਊਂਗਾ ਜੇ ਤੁਸੀਂ ਅਰਾਊਂਡ ਨੂੰ ਅੱਗੇ ਚੱਲ ਕੇ ਦਿਖਾਊਂਗਾ ਜੇ ਤੁਸੀਂ ਅਰਾਊਂਡ $400,000 ਪ੍ਰਾਈਸ ਰੇਂਜ ਦੇ ਵਿੱਚ ਵੀ ਪ੍ਰੋਪਰਟੀ ਇੱਥੇ ਲੈਣਾ ਚਾਹੁੰਦੇ, ਜਿਹੜੇ ਤੁਸੀਂ ਸ਼ੋਰਟ ਟਰਮ ਰੈਂਟਲ ਵੀ ਕਰ ਸਕਦੇ ਆ, ਮੈਂ ਤੁਹਾਨੂੰ ਉਹ ਵੀ ਦਿਖਾਊਂਗਾ। ਚਲੋ ਪਹਿਲਾਂ ਆਪਾਂ ਇਹ ਪ੍ਰੋਪਰਟੀ ਦੇਖਦੇ ਹਾਂ ਅੰਦਰੋਂ ਕਿਵੇਂ ਦੀ ਦੇਖਣ ਨੂੰ ਲੱਗਦੀ ਆ। ਸੋ ਆਹ ਤੁਸੀਂ ਦੇਖ ਸਕਦੇ ਆ, ਇਹ ਕੌਂਕਰੀਟ ਦੀ ਬਣੀ ਹੋਈ ਹੈ, ਇੱਕ ਸਟੱਕੂ ਕੌਂਕਰੀਟ ਐਂਡ ਸਟੱਕੂ ਬਲੋਕ ਸਟੱਕੂ ਜਾਂ ਕੌਂਕਰੀਟ ਸਟੱਕੂ ਵਟਐਵਰ ਜੋ ਵੀ ਕੁਛ ਕਹਿੰਦੇ ਆ ਇਹਨੂੰ, ਮੈਨੂੰ ਇੱਥੋਂ ਦੀ ਰੀਅਲ ਸਟੇਟ ਮਾਰਕੀਟ ਦੇ ਥੋੜ੍ਹੀ ਜਿਹੜੇ ਕਾਮਨ ਵਰਡਸ ਆ ਉਹ ਨਹੀਂ ਪਤਾ ਹੈਗਾ। ਸੋ ਆਹ ਤੁਸੀਂ ਦੇਖ ਸਕਦੇ ਆ, ਇਹ ਪ੍ਰੋਪਰ ਇਹਨਾਂ ਨੇ ਏਅਰਬੀਐਨਬੀ ਲਈ ਇਹ ਰੈਡੀ ਕੀਤੀ ਹੋਈ ਆ, ਸਭ ਕੁਛ ਸਵਿੱਚ ਵਗੈਰਾ, ਅਤੇ ਬਾਹਰ ਸਮਾਰਟ ਕੈਮਰਾ ਲੱਗਿਆ ਹੋਇਆ, ਸਮਾਰਟ ਲੋਕ ਲੱਗਿਆ ਹੋਇਆ ਯੇਲ ਦਾ। ਮੈਂ ਵੀ ਏਅਰਬੀਐਨਬੀ ਕੈਨੇਡਾ ਦੇ ਵਿੱਚ ਕਰਦਾ, ਸੋ ਦਿਸ ਇਜ਼ ਸਮਾਰਟ ਲੋਕ ਇਜ਼ ਦਾ ਬੈਸਟ ਆਪਸ਼ਨ। ਸੋ ਸਾਰੇ ਪਲੱਗਸ 'ਤੇ ਲਿਖਿਆ ਹੋਇਆ, ਆਹ ਤੁਸੀਂ ਦੇਖ ਸਕਦੇ ਆ, ਵੈਰੀ ਨਾਈਸਲੀ ਫਿਨਿਸ਼ਡ। ਇਹਦੀ ਮੈਂ ਤੁਹਾਨੂੰ ਅੱਗੇ ਚੱਲ ਕੇ ਇੱਕ ਸੈਪਰੇਟ ਵੀਡੀਓ ਦੇ ਵਿੱਚ ਗੱਲ ਕਰੂੰਗਾ ਕਿ ਇਹਦਾ ਜਿਹੜਾ ਪ੍ਰੋਫਿਟ ਆ ਕਿੰਨਾ ਹੈਗਾ ਆ ਉਹ। ਡੂ ਨੋਟ ਟੱਚ ਪ੍ਰਾਈਵੇਟ ਪ੍ਰੋਪਰਟੀ, ਓਕੇ। ਸੋ ਮੇ ਬੀ ਦੇ ਹੈਵ ਪੁੱਟ ਸਮਥਿੰਗ ਇਨਸਾਈਡ ਟੂ ਲਾਈਕ ਕਲੀਨਿੰਗ ਸਟੱਫ ਔਰ ਸਮਥਿੰਗ। ਸੋ ਦਿਸ ਇਜ਼ ਗਰਾਜ ਆ, ਤੁਸੀਂ ਦੇਖ ਸਕਦੇ ਆ, ਪੂਰਾ ਗੇਮਿੰਗ ਗਰਾਜ ਨੂੰ ਬੰਦ ਕਰਕੇ ਗੇਮਿੰਗ ਦੇ ਲਈ ਇਹਨਾਂ ਨੇ ਬਣਾਇਆ ਹੋਇਆ ਆ। ਸੋ ਆਹ ਲੌਂਡਰੀ ਆ, ਲੌਂਡਰੀ ਦੇ ਨਾਲ ਨਾਲ ਪਿੱਛੇ ਪੂਲ ਹੈ, ਮੈਂ ਤੁਹਾਨੂੰ ਵੀ ਦਿਖਾਉਣਾ, ਪੂਲ ਦੀ ਕਾਫੀ ਸਟੱਫ ਰੱਖੇ ਹੋਏ ਆ। ਸੋ ਆਹ ਕਿਚਨ ਆ, ਸੋ ਇਹਦੇ ਨਾਲ ਤੁਸੀਂ ਆਹ ਦੇਖ ਸਕਦੇ ਆ, ਇਟਸ ਲਿਵਿੰਗ ਰੂਮ। ਸੋ ਆਹ ਬੈਕ ਸਾਈਡ 'ਤੇ ਪੂਲ ਆ, ਆਹ ਕਵਰ ਕੀਤਾ ਹੋਇਆ ਇਨ ਕੇਸ ਜੇ ਛੋਟੇ ਬੱਚੇ ਆਉਂਦੇ ਆ, ਐਂਡ ਆਈ ਬਿਲੀਵ ਦੈਟ ਇਜ਼ ਜਕੂਜ਼ੀ ਲੱਗੀ ਹੋਈ ਆ। ਸੋ ਪੂਲ ਆ ਜਿਹੜਾ ਉਹ ਕਵਰ ਆ, ਜੇ ਆਪਾਂ ਕੈਨੇਡਾ ਦੇ ਹਿਸਾਬ ਨਾਲ ਦੇਖੀਏ, ਇਹ ਪ੍ਰੋਪਰਟੀ ਹੈ ਜਿਹੜੀ ਵੈਰੀ ਪ੍ਰੋਫੈਸ਼ਨਲੀ
ਫਿਨਿਸ਼ ਕੀਤੀ ਹੋਈ ਹੈ ਇਹਨਾਂ ਨੇ ਏਅਰਬੀਐਨਬੀ ਦੇ ਲਈ। ਸੋ ਇੱਥੇ ਜਿਹੜੀ ਵਧੀਆ ਚੀਜ਼ ਉਹ ਇਹ ਆ ਵੀ ਪੂਲ ਕਲੀਨਿੰਗ ਤੋਂ ਲੈ ਕੇ ਗਾਰਡਨ ਪ੍ਰੋਪਰਟੀ ਮੈਨੇਜਮੈਂਟ ਕਲੀਨਿੰਗ ਤੱਕ ਸਾਰਾ ਕੁਛ ਤੁਸੀਂ ਕੰਪਨੀਜ਼ ਹੈਗੀਆਂ ਜਿਹੜੀਆਂ ਉਹ ਕਰ ਦਿੰਦੀਆਂ। ਸੋ ਤੁਸੀਂ ਦੇਖ ਸਕਦੇ ਹਾਂ ਕਿ PS4 PS5 ਸਮਥਿੰਗ ਗੇਮਿੰਗ ਲਈ ਲੱਗਿਆ ਹੋਇਆ ਆ ਆਹ ਕਾਮਨ ਏਰੀਆ। ਸੋ ਲਾਈਟ ਥੋੜ੍ਹੀ ਜਿਹੀ ਘੱਟ ਆਪਾਂ ਔਨ ਕਰ ਲੈਂਦੇ ਹਾਂ। ਸੋ ਦੇਖੋ ਜੀ ਵੈਰੀ ਨਾਈਸਲੀ ਡਨ। ਜੇ ਆਪਾਂ ਕੰਪੇਅਰ ਕਰੀਏ ਆਹ ਹੈਗਾ ਆ ਡਿਜ਼ਨੀ ਦਾ ਥੀਮ ਦਿੱਤਾ ਕਿਉਂਕਿ ਇਹ ਡਿਜ਼ਨੀ ਵਰਲਡ ਦੇ ਬਿਲਕੁਲ ਕੋਲ ਆ ਪ੍ਰੋਪਰਟੀ। ਦੂਸਰਾ ਤੁਸੀਂ ਆਹ ਦੇਖ ਸਕਦੇ ਹਾਂ ਆਹ ਵੇਖੋ ਬੱਚਿਆਂ ਨੂੰ ਬੱਚਿਆਂ ਲਈ ਪੂਰਾ ਡਿਜ਼ਨੀ ਵਰਲਡ ਦਾ ਥੀਮ ਜਿਹੜਾ ਰੂਮ ਉਹਨਾਂ ਨੇ ਉਹ ਉੱਦਾਂ ਹੀ ਡਿਜ਼ਾਇਨ ਕੀਤਾ ਹੋਇਆ ਆ। ਸੋ ਡਿਜ਼ਨੀ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਅਪਰੋਕਸੀਮੇਟਲੀ 15 ਮਿੰਟ ਦੀ ਡਰਾਈਵ ਆ। ਤਾਂ ਤੁਸੀਂ ਦੇਖ ਸਕਦੇ ਬੈਟਰ ਮੱਚ ਬੈਟਰ ਦੈਨ ਆਪਾਂ ਇਹ ਕਹਿ ਸਕਦੇ ਹਾਂ ਵੀ ਹੋਟਲ ਨਾਲੋਂ ਵਧੀਆ ਇਹਨਾਂ ਨੇ ਬੈਡਿੰਗ ਵਗੈਰਾ ਜਾਂ ਡੈਕੋਰੇਟ ਕੀਤੀ ਹੋਈ ਹੈ ਪ੍ਰੋਪਰਟੀ। ਆਹ ਮਾਸਟਰ ਬੈਡਰੂਮ ਹੈ ਅਤੇ ਆਹ ਮਾਸਟਰ ਬੈਡਰੂਮ ਦਾ ਵਾਸ਼ਰੂਮ ਕਿਚਨ ਸ਼ਾਵਰ ਐਂਡ ਕਲੀਨਿੰਗ ਵੀ ਮੈਨੂੰ ਲੱਗਦਾ ਕਾਫੀ ਡੀਸੈਂਟ ਕਲੀਨਿੰਗ ਇਹਨਾਂ ਨੇ ਕੀਤੀ ਹੋਈ ਹੈ ਇੱਥੇ ਡੀਸੈਂਟਲੀ ਬਹੁਤ ਵਧੀਆ ਕਲੀਨਿੰਗ ਕੀਤੀ ਹੋਈ ਹੈ। ਸੋ ਜਿਹੜੀ ਚੈਂਪੀਅਨ ਗੇਟਸ ਕਮਿਊਨਿਟੀ ਆ ਇਹ ਉਹਦਾ ਕਲੱਬ ਹਾਊਸ ਆ ਓਏਸਿਸ ਕਲੱਬ ਹਾਊਸ। ਸੋ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਆ ਲਾਈਕ ਇਸ ਕਾਇੰਡ ਆਫ ਸਮਾਲ ਵੰਡਰਲੈਂਡ ਕੀ ਕੁਛ ਅੰਦਰ ਹੈਗਾ। ਥੀਏਟਰ ਸਲਾਈਡਸ ਲੇਜ਼ੀ ਰਿਵਰ ਪੂਲਸ ਬੀਚ ਵਾਲੀਬਾਲ ਆਪਾਂ ਸਾਰਾ ਕੁਛ ਅੰਦਰ ਚੱਲ ਕੇ ਦੇਖਦੇ ਹਾਂ। ਇਹ ਸਾਰਾ ਕੁਛ ਆ ਜਿਹੜਾ ਉਹ ਇਨਕਲੂਡਿਡ ਆ ਜੇ ਤੁਸੀਂ ਇਸ ਨੇਬਰਹੁੱਡ ਦੇ ਵਿੱਚ ਪ੍ਰੋਪਰਟੀ ਬਾਏ ਕਰਦੇ ਹਾਂ ਭਾਵੇਂ ਤੁਸੀਂ ਲੌਂਗ ਟਰਮ ਦੇ ਲਈ ਬਾਏ ਕਰਦੇ ਹਾਂ ਭਾਵੇਂ ਤੁਸੀਂ ਸ਼ੋਰਟ ਟਰਮ ਰੈਂਟਲ ਦੇ ਲਈ ਬਾਏ ਕਰਦੇ ਹਾਂ। ਚਲੋ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ ਕੀ ਕੁਛ ਇਹਦੇ ਅੰਦਰ ਕਿਹੜੀਆਂ ਕਿਹੜੀਆਂ ਐਮਿਨਿਟੀਜ਼ ਇਨਕਲੂਡਿਡ ਹੈਗੀਆਂ ਆ। ਆਹ ਤੁਸੀਂ ਦੇਖ ਸਕਦੇ ਹਾਂ ਸਾਰੀ ਐਮਿਨਿਟੀਜ਼ ਜਿਹੜੇ ਮੈਂ ਤੁਹਾਨੂੰ ਪ੍ਰੋਪਰਟੀਜ਼ ਦਿਖਾਈਆਂ ਸੀਗੀਆਂ ਚੈਂਪੀਅਨਸ ਗੇਟ ਦੇ ਵਿੱਚ ਸਾਰੀ ਐਮਿਨਿਟੀਜ਼ ਹੋ ਗਈਆਂ। ਇਹ ਸਾਰੀਆਂ ਤੁਸੀਂ ਯੂਜ਼ ਕਰ ਸਕਦੇ ਹਾਂ ਜੇ ਤੁਸੀਂ ਆ ਕੇ ਇੱਥੇ ਪ੍ਰੋਪਰਟੀ ਰੈਂਟ ਕਰਦੇ ਹਾਂ। Is this theater? Yeah. So aha theater hai ji inna da apda. Aha party room hai ji. The outside of the pool.
concessions. The little kids love this here. Wow. Wow, there's a lazy river. The lazy river, yep. With a water slide. It's bigger than like Indian Wonderland. Yeah. Because in India, it's India, there's not like really big Wonderland. Okay. So all the new buildings are cabanas. You can rent the cabanas for the day. They have refrigerators and bathrooms in them. You know, people use them all day long. They're not expensive. I think they're like $50 a day. And you got the lazy over here. There's all the way around. Yeah, we can go just go around there. It is crowded. This is the most people I've ever seen. A lot of my clients come and look in the summertime. It's a little quiet. But this is, it's hopping today. It is. So, most of the month of March, this area stays very busy because there's different breaks and different parts, different states, different weeks. So we are up in Ontario this week of the ninth. Okay. Yep. So it's March break now? Well, it's one of them. So it's whichever states have spring different week. Times. So it cycles through. We even get a lot of people in April because some places are April. So see how the cabanas have the little pitches. So the upper pool. We got the upper pool to okay. go to. I don't know if we can get to there. Well, we can check. Let's see if we can get to there from here. I've never tried the back way. ਆਪਣੇ ਸਿੰਘ ਵੀ ਲਾ ਰਹੇ ਤਾਰੀਆਂ ਵਿੱਚ ਸਿੰਘ ਇਸ ਕਿੰਗ ਆਹ ਇੱਕ ਹੋਰ ਨੇਬਰਹੁੱਡ ਆ ਰੀਯੂਨੀਅਨ ਫਲੋਰੀਡਾ ਸੋ ਇਹ ਨੇਬਰਹੁੱਡ ਵੀ ਸਪੈਸੀਫਿਕਲੀ ਗੇਟਿਡ ਕਮਿਊਨਿਟੀ ਆ ਆਹ ਜਿਹੜੀ ਨੇਬਰਹੁੱਡ ਆ ਸ਼ਾਰਟ ਟਰਮ ਰੈਂਟਲ ਹੀ ਆ ਜੇ ਤੁਸੀਂ ਈਵਨ ਫਲੋਰੀਡਾ ਦੇ ਵਿੱਚ ਆਉਣਾ ਵੀ ਆ ਤੁਸੀਂ ਇੱਥੇ ਹੋਟਲ ਰੈਂਟ ਦੇ ਕਰਨ ਦੇ ਨਾਲੋਂ ਤੁਸੀਂ ਆਹ ਦੇਖ ਸਕਦੇ ਆ ਕਾਫੀ ਵੱਡੇ ਵੱਡੇ ਡੀਟੈਚ ਹੋਮ ਵੀ ਮਿਲ ਜਾਂਦੇ ਆ 6-6 7-7 8-8 ਬੈੱਡਰੂਮ ਦੇ ਘਰ ਵੀ ਮਿਲ ਜਾਂਦੇ ਆ ਤੁਸੀਂ ਉਹ ਵੀ ਰੈਂਟ ਕਰ ਸਕਦੇ ਆ ਅਤੇ ਰੈਂਟ ਕਰਕੇ ਤੁਸੀਂ ਰਹਿ ਸਕਦੇ ਆ ਸੋ ਜਿਹੜਾ 5-6 ਬੈੱਡਰੂਮ ਦੀ ਪ੍ਰੋਪਰਟੀ ਆ ਉਹ ਮੈਂ ਤੁਹਾਨੂੰ ਸਾਰੀਆਂ ਪ੍ਰਾਈਜ਼ ਦੱਸੂਗਾ ਅਤੇ ਹਾਊ ਮੱਚ ਇਜ਼ ਦਿਸ ਵਨ ਓਕੇ ਓਕੇ ਸੋ ਇਹ ਪ੍ਰੋਪਰਟੀ ਆ ਜਿਹੜੀ $800,000 ਦੀ ਆ 6 ਬੈੱਡਰੂਮ 6 ਵਾਸ਼ਰੂਮ ਆ ਚਲੋ ਮੈਂ ਤੁਹਾਨੂੰ ਇਹ ਪ੍ਰੋਪਰਟੀ ਅੰਦਰੋਂ ਦਿਖਾਉਣਾ ਆ ਉਸ ਤੋਂ ਬਾਅਦ ਜੇ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤੁਸੀਂ ਉਹਦੇ ਲਈ ਮੇਰੇ ਨਾਲ ਗੱਲ ਕਰ ਸਕਦੇ ਆ ਸੋ ਇਹ $800,000 ਦੀ ਆ ਬਟ ਤੁਸੀਂ ਆ ਪ੍ਰੋਪਰਟੀ ਦੇਖ ਸਕਦੇ ਆ ਸਾਈਡਾਂ ਤੋਂ ਕਾਫੀ ਖੁੱਲੀ ਪ੍ਰੋਪਰਟੀ ਆ ਲਾਈਕ ਬਿਗ ਸਾਈਜ਼ ਲੋਟ ਆ ਵਾਓ ਸੀ ਈਵਨ ਤੁਸੀਂ ਇਹਦੀ ਸੀਲਿੰਗ ਵੀ ਦੇਖੋਗੇ ਇਟਸ ਰੀਲੀ ਨਾਈਸ ਸੋ ਇੱਥੇ ਜਿੰਨੀਆਂ ਵੀ ਰੈਂਟਲ ਪ੍ਰੋਪਰਟੀਜ਼ ਆ ਜਿਵੇਂ ਤੁਸੀਂ ਦੇਖ ਸਕਦੇ ਸਾਰਿਆਂ ਨੇ ਗਰਾਜ ਆ ਜਿਹੜੇ ਗਰਾਜਾਂ ਦੇ ਵਿੱਚ
ਇੱਦਾਂ ਦੇ ਬਣਾਏ ਹੋਏ ਆ, ਇੱਦਾਂ ਦੇ ਆਹ ਪਲੇ ਰੂਮ ਬਣਾਏ ਹੋਏ ਆ। ਸੋ ਇਹਦੇ 'ਚ ਵੀ ਮੈਨੂੰ ਲੱਗਦਾ ਇਨਕਮ ਜਨਰੇਟ ਕਰਦੇ ਆ ਸਾਰੇ। ਸੋ ਆਹ ਕੋਇਨ ਪਾਉਣੇ ਆ ਤੁਸੀਂ ਤਾਂ ਚੱਲਦੇ ਆ। ਸੋ ਲੈਟਸ ਗੋ ਸੀ ਫਰੋਮ ਇਨਸਾਈਡ। ਇੱਕ ਚੀਜ਼ ਮੈਂ ਇੱਥੇ ਡਿਫਰੈਂਟ ਦੇਖੀ ਆ, ਤੁਸੀਂ ਆਹ ਜੇ ਦੇਖੋ ਤਾਂ ਸਾਰੀਆਂ ਮੈਨੂੰ ਲੱਗਦਾ ਮੈਨੇਜਮੈਂਟ ਕੰਪਨੀਆਂ ਸ਼ਾਇਦ ਆਹ ਲਾਉਂਦੀਆਂ ਕਾਫੀ, ਜਿਹੜੀਆਂ ਰੈਂਟਲ ਪ੍ਰੋਪਰਟੀਜ਼ ਆ ਉਹਨਾਂ ਦੇ ਉੱਪਰ ਆਹ ਲੱਗਿਆ ਹੁੰਦਾ। ਆਈ ਡੋਂਟ ਨੋ ਵਟ ਇਟ ਇਜ਼। ਸਕਦੇ ਹਾਂ ਬੈਕਯਾਰਡ ਜੀ, ਦਿਸ ਇਜ਼ ਅਮੇਜ਼ਿੰਗ। ਆਹ ਤੁਸੀਂ ਪੂਲ ਦਾ ਵੀ ਦੇਖ ਸਕਦੇ ਹਾਂ, ਹੌਟ ਟੱਬ ਆ। ਸੋ ਰੀਅਲੀ ਨਾਈਸ ਗੁੱਡ ਸਾਈਜ਼ ਲੌਜ ਹੈ। ਲੈਂਡਸਕੇਪ ਵੀ ਦੇਖ ਸਕਦੇ ਅਤੇ ਉਹਦੇ ਨਾਲ ਨਾਲ ਹੀ ਆ ਇੱਧਰ ਬਾਹਰ ਵਾਸ਼ਰੂਮ ਬਣਿਆ ਹੋਇਆ। ਸੋ ਜੇ ਤੁਸੀਂ ਪੂਲ ਯੂਜ਼ ਕਰਨਾ ਉਸ ਤੋਂ ਬਾਅਦ ਆਹ ਵਾਸ਼ਰੂਮ ਯੂਜ਼ ਕਰ ਸਕਦੇ ਹਾਂ ਤੁਸੀਂ। ਸ਼ਾਵਰ ਮੈਨੂੰ ਲੱਗਦਾ ਨਹੀਂ ਹੈਗਾ, ਜਸਟ ਟੋਇਲਟ ਆ। ਸੋ ਆਹ ਤੁਸੀਂ ਜੇ ਬਾਹਰ ਬਹਿ ਕੇ ਟੀ ਵੀ ਦੇਖਣਾ ਆ, ਬਾਰਬੀਕਿਊ, ਇਟਸ ਰੀਅਲੀ ਔਸਮ। ਥਰਮੋਸਟੇਟ ਆ ਰੂਲਸ ਲਿਖੇ ਆ। ਸੋ ਆਹ ਤੁਸੀਂ ਦੇਖਿਆ ਡਿਜ਼ਨੀ ਥੀਮ ਬਣਾਇਆ ਹੋਇਆ ਆ, ਬੰਕ ਬੈੱਡ ਲੱਗਿਆ ਬੈੱਡਰੂਮ ਦੇ। ਸੋ ਇੱਕ ਬੈੱਡਰੂਮ ਆਹ ਆ। ਸੋ ਆਹ ਤੁਸੀਂ ਦੇਖ ਸਕਦੇ ਆ ਵੈਰੀ ਨਾਈਸਲੀ ਕਲੀਨਡ। ਸੋ
ਆਹ ਬੈਡਰੂਮ ਮੈਂ ਤੁਹਾਨੂੰ ਆਲਰੇਡੀ ਦਿਖਾਤਾ ਹੈ, ਇਹਦੇ ਨਾਲ ਆਹ ਵਾਸ਼ਰੂਮ ਹੈ, ਸ਼ਾਵਰ ਸਪੇਸ, ਇਹ ਇਸ ਮੋਰ ਇਹ ਜ਼ਿਆਦਾ ਕਲੀਨ ਆ ਜਿੰਨਾ ਮੈਂ ਐਕਸਪੈਕਟ ਕਰਦਾ ਸੀਗਾ। ਇਹ ਲੌਂਡਰੀ ਜਿੰਨੀਆਂ ਆਪਣੇ ਕੈਨੇਡਾ ਦੇਖੀਆਂ, ਸੋ ਆਹ ਲੌਂਡਰੀ ਆ ਅਪਸਟੇਅਰ। ਇੱਕ ਵਾਸ਼ਰੂਮ ਆਹ ਆ, ਵਾਓ ਲੁੱਕ ਐਟ ਦਿਸ, ਆਹ ਥੀਏਟਰ ਬਣਿਆ ਹੋਇਆ ਆ, ਲੁੱਕ ਐਟ ਦਿਸ। ਸੋ ਆਹ ਪੂਰਾ ਹੋਮ ਥੀਏਟਰ ਬਣਿਆ ਹੋਇਆ, ਜੇ ਤੁਸੀਂ ਰੈਂਟ ਕਰਦੇ ਹੋ ਤੁਹਾਨੂੰ ਇਹਦੇ ਵਿੱਚ ਥੀਏਟਰ ਵੀ ਮਿਲਦਾ। ਤੁਸੀਂ ਫਿਨਿਸ਼ਿਜ਼ ਦੇਖੋ ਥੀਏਟਰ ਦੀਆਂ, ਉੱਪਰ ਸੀਲਿੰਗ ਤੱਕ ਸਾਰੀ ਵੁੱਡਸ ਵੁੱਡ ਦੀ ਫਿਨਿਸ਼ਿੰਗ ਆ। Look at this, it's ਇਹਨਾਂ ਨੂੰ ਕੈਪਸੂਲ ਹੋਟਲ ਕਹਿੰਦੇ ਆ ਮੈਨੂੰ ਲੱਗਦਾ। ਸੋ ਇਹ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਚੱਲ ਰਿਹਾ। ਸੋ ਇਟਸ ਬੰਕ ਬੈਡ, ਤੁਸੀਂ ਇਹਦੇ ਵਿੱਚ ਵੀ ਵੜ ਕੇ ਸੌਂ ਸਕਦੇ ਹਾਂ, ਵਿੱਚ ਤੁਹਾਡਾ ਹੀਟ ਕੰਟਰੋਲ ਵਗੈਰਾ ਸਾਰਾ ਕੁਛ ਆ ਵਿੱਚ ਲੱਗਿਆ, ਇਹਨੂੰ ਇੱਦਾਂ ਤੁਸੀਂ ਬੰਦ ਕਰ ਸਕਦੇ ਹਾਂ। ਇਟ ਇਜ਼ ਲੋਕਡ, I have no idea ਲੋਕ ਕਿਵੇਂ ਹੋ ਗਿਆ ਹੈ। ਸੋ ਦੂਸਰਾ ਤੁਸੀਂ ਆਹ ਦੇਖ ਸਕਦੇ ਹਾਂ, ਮੈਨੂੰ ਲੱਗਦਾ ਬੱਚਿਆਂ ਲਈ ਤਾਂ ਇਟਸ ਆਵਸਮ। ਸੋ ਇੱਕ ਬੈਡਰੂਮ ਆਹ ਆ, ਤੁਸੀਂ ਫਿਨਿਸ਼ਿਜ਼ ਦੇਖੋ। ਇਹਦੇ ਨਾਲ ਆਹ ਵਾਸ਼ਰੂਮ ਆ, ਸੋ ਇਹ ਬੀ ਐਨ ਬੀ ਸੀ ਦ ਕਲੀਨਿੰਗ ਇਟਸ ਆਵਸਮ। ਸੋ ਹੁਣ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਆਹ ਰੀਯੂਨੀਅਨ ਨੇਬਰਹੁੱਡ ਆ, ਇਹਨਾਂ ਦਾ ਐਨਕੋਰ ਰਿਜ਼ੋਰਟ ਆ, ਇਹਨਾਂ ਦੇ ਆਪਦੇ ਰਿਜ਼ੋਰਟਸ ਆ। ਅਤੇ ਅਨਫੋਰਚੁਨੇਟਲੀ ਜਿਹੜੀਆਂ ਮੈਂ ਤੁਹਾਨੂੰ ਪ੍ਰੋਪਰਟੀਜ਼ ਦਿਖਾਉਣੀਆਂ ਸੀਗੀਆਂ $400,000 ਦੀ ਪ੍ਰਾਈਜ਼ ਰੇਂਜ ਦੇ ਵਿੱਚ, ਉਹ ਪ੍ਰੋਪਰਟੀਜ਼ ਬੁੱਕ ਨਹੀਂ ਹੋਈਆਂ ਗੀਆਂ। ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾ ਦਿੰਦਾ, ਉਹਨਾਂ ਦੀ ਸ਼ੋਇੰਗ ਨਹੀਂ ਮਿਲੀ ਕਿਉਂਕਿ ਪ੍ਰੋਪਰਟੀਜ਼ ਸਾਰੀਆਂ ਬੁੱਕ ਸੀਗੀਆਂ। ਮੇ ਬੀ ਫਿਊਚਰ ਦੇ ਵਿੱਚ ਮੈਂ ਰੀਅਲਟਰ ਨਾਲ ਕੋਆਰਡੀਨੇਟ ਕਰਕੇ ਤੁਹਾਨੂੰ ਦਿਖਾਊਂਗਾ। ਸੋ ਆਹ ਹੈਗਾ ਜੀ ਰੀਯੂਨੀਅਨ ਜਿਹੜੀ ਨੇਬਰਹੁੱਡ ਆ, ਉਹਦਾ ਐਨਕੋਰ ਰਿਜ਼ੋਰਟ ਆ। ਸੋ ਇਹਨਾਂ ਦੇ ਆਪਦੇ ਤੁਹਾਨੂੰ ਮੈਂ ਅੰਦਰ ਚੱਲ ਕੇ ਦਿਖਾਉਣਾ, ਜੇ ਤੁਸੀਂ ਇੱਥੇ ਪ੍ਰੋਪਰਟੀ ਰਹਿਣ ਲਈ ਵੀ ਬਾਏ ਕਰ ਸਕਦੇ ਹਾਂ। ਇੱਥੇ ਇੱਕ HOA ਫੀਸ ਹੁੰਦੀ ਆ, ਹੋਮ ਓਨਰਸ਼ਿਪ ਐਸੋਸੀਏਸ਼ਨ, ਇਹ ਸਾਰਾ ਕੁਝ ਉਹਦੇ ਅੰਡਰ ਆਉਂਦਾ ਆ। ਉਹ ਕਿੰਨੀ ਹੁੰਦੀ ਆ, ਉਹ ਜਿਹੜੀ ਪਿਛਲੀ ਪ੍ਰੋਪਰਟੀ ਸੀਗੀਆਂ ਚੈਂਪੀਅਨਸ ਗੇਟ, ਉਹਨਾਂ ਦੀ ਪ੍ਰੋਪਰਟੀ ਦੀ ਅਪਰੋਕਸੀਮੇਟਲੀ $400 ਮੰਥਲੀ ਸੀਗੀ ਇੱਕ ਪ੍ਰੋਪਰਟੀ ਦੀ। ਬਟ ਡਿਪੈਂਡਸ ਕਿ ਉਹ ਪ੍ਰੋਪਰਟੀ ਦਾ ਸਾਈਜ਼ ਕੀ ਹੈ। ਚਲੋ ਮੈਂ ਤੁਹਾਨੂੰ ਆਹ ਦਿਖਾਉਣਾ ਆ ਐਨਕੋਰ ਰਿਜ਼ੋਰਟ ਕਿਵੇਂ ਦਾ ਅੰਦਰੋਂ ਦੇਖਣ, ਅਤੇ ਆਹ ਤੁਸੀਂ ਦੇਖ ਸਕਦੇ ਹਾਂ। ਮੈਨੂੰ ਲੱਗਦਾ ਆਪਾਂ ਇਹਨੂੰ
ਇੰਡੀਆ ਦਾ ਛੋਟਾ ਵੰਡਰਲੈਂਡ ਹੀ ਕਹਿ ਸਕਦੇ ਹਾਂ। ਸੋ ਆਹ ਜਿਹੜੀ ਸਾਰਾ ਰਿਜ਼ੋਰਟ ਆ ਇਹ ਇਨਕਲੂਡਿਡ ਆ ਜੇ ਤੁਸੀਂ ਇੱਥੇ ਪ੍ਰੋਪਰਟੀ ਬਾਏ ਕਰਦੇ ਹਾਂ। ਆ ਉੱਪਰ ਰੈਸਟੋਰੈਂਟ ਆ, ਤੁਸੀਂ ਦੇਖ ਸਕਦੇ ਹਾਂ ਸ਼ੇਕ ਲੌਂਜ। ਹਾਂਜੀ, ਸੋ ਤੁਸੀਂ ਆਹ ਦੇਖ ਸਕਦੇ ਹਾਂ ਆਹ ਰਿਜ਼ੋਰਟ ਆ ਜਿਹੜਾ, ਆਹ ਸਾਰਾ ਆ ਰੀਯੂਨੀਅਨ ਜਿਹੜੀ ਕਮਿਊਨਿਟੀ ਆ ਉਹਨਾਂ ਦਾ, ਇਹਦੇ 'ਚ ਆਹ ਸਾਰਾ ਕੁਛ ਇਨਕਲੂਡਿਡ ਆ। ਤੁਸੀਂ ਆਹ ਵਾਟਰ ਸਲਾਈਡ ਦੇਖ ਸਕਦੇ ਹਾਂ, ਆਲਮੋਸਟ ਵੰਡਰਲੈਂਡ ਦੀਆਂ ਵਾਟਰ ਸਲਾਈਡਸ ਆ। ਆਹ ਤੁਸੀਂ ਪੂਲ ਦੇਖ ਸਕਦੇ ਹਾਂ, ਆਹ ਨੇਬਰਹੁੱਡਸ ਦੇਖ ਸਕਦੇ ਹਾਂ, ਆਹ ਘਰਾਂ ਦੀਆਂ, ਉਹ ਘਰਾਂ ਦੇ ਪਿੱਛੇ ਪੂਲ ਆਪਦੇ ਵੀ ਹੈਗੇ ਆ। ਬਟ ਇਹ ਸਾਰੀ ਐਮਿਨਿਟੀਜ਼ ਆ ਜਿਹੜੀਆਂ ਤੁਸੀਂ ਉਹ ਯੂਜ਼ ਕਰ ਸਕਦੇ ਹਾਂ। ਸੋ ਇਹ ਸੀਗੀ ਜੀ ਫਲੋਰੀਡਾ ਦੀ ਨੇਬਰਹੁੱਡ। ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ? ਮੈਨੂੰ ਤਾਂ ਓਨੈਸਟਲੀ, ਮੈਂ ਤੁਹਾਨੂੰ ਦੱਸਾਂ, ਜੇ ਆਪਾਂ ਟੋਰਾਂਟੋ ਨਾਲ ਕੰਪੇਅਰ ਕਰੀਏ ਤਾਂ ਇਟਸ ਟੋਟਲੀ ਡਿਫਰੈਂਟ ਵਰਲਡ ਆ, ਬਹੁਤ ਸੋਹਣੀ ਲੱਗੀ। ਉਹਦਾ ਸਾਰਿਆਂ ਨਾਲੋਂ ਵੱਡਾ ਰੀਜ਼ਨ ਇਹ ਆ ਵੀ ਇੱਥੋਂ ਦਾ ਵੈਦਰ ਅਤੇ ਫਿਰ ਜਿਹੜੀਆਂ ਇੱਦਾਂ ਦੀਆਂ ਕਮਿਊਨਿਟੀਜ਼ ਹੈਗੀਆਂ ਜਿੱਥੇ ਤੁਹਾਨੂੰ ਆਹ ਸਾਰਾ ਕੁਛ ਨਾਲ ਮਿਲਦਾ ਆ ਥੋੜ੍ਹੀ ਜਿਹੀ ਫੀਸ ਪੇ ਕਰਕੇ। ਸੋ ਮੈਨੂੰ ਤਾਂ ਓਨੈਸਟਲੀ ਇਟ ਇਜ਼ ਔਸਮ। ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇਸ ਵੀਡੀਓ ਨੂੰ ਆਪਦੇ ਫਰੈਂਡਾਂ ਨਾਲ, ਫੈਮਿਲੀ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਅਤੇ ਜੇ ਤੁਸੀਂ ਫਲੋਰੀਡਾ ਆਉਣਾ ਚਾਹੁੰਦੇ ਹੋ, ਈਵਨ ਤੁਸੀਂ ਮੈਨੂੰ ਯੂਟਿਊਬ 'ਤੇ ਕਮੈਂਟ ਕਰਕੇ ਪੁੱਛ ਸਕਦੇ ਹਾਂ ਕਿ ਕਿਹੜੀ ਕਮਿਊਨਿਟੀ ਪ੍ਰੋਪਰਟੀ ਬਾਏ ਕਰਨ ਲਈ ਜਾਂ ਰਹਿਣ ਲਈ ਵਧੀਆ ਹੈ। ਜਿੰਨਾ ਕੁ ਮੇਰਾ ਐਕਸਪੀਰੀਅੰਸ ਹੈ, ਜਿੰਨਾ ਕੁ ਮੈਂ ਰਿਸਰਚ ਕੀਤਾ, ਮੈਂ ਤੁਹਾਨੂੰ ਕਾਫੀ ਕੁਝ ਦੱਸ ਸਕਦਾ ਹਾਂ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ, ਫਲੋਰੀਡਾ ਦੇ ਵਿੱਚ ਆਹ ਸਾਡੇ ਰੀਅਲਟਰ ਕੈਥਲੀਨ ਹੈਗੀ ਹੈ, ਜਿਹੜੇ ਇੱਥੇ ਲੋਕਲ ਕਮਿਊਨਿਟੀ ਦੇ ਵਿੱਚ ਕੰਮ ਕਰਦੇ ਆ। ਸੋ ਜੇ ਤੁਸੀਂ ਫਿਊਚਰ ਦੇ ਵਿੱਚ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਆ, ਸੋ ਸ਼ੀ ਕੈਨ ਹੈਲਪ ਯੂ ਲਾਈਕ ਫਾਈਂਡ ਯੂ ਗੁੱਡ ਪ੍ਰੋਪਰਟੀ। ਆਈ ਐਮ ਲਾਈਕ ਵਰਕਿੰਗ ਵਿਦ ਹਰ ਫਰੋਮ ਲਾਸਟ 3 ਡੇਜ਼, ਈਵਨ ਸ਼ੀ ਇਜ਼ ਫਰੋਮ ਆਰ ਬ੍ਰੋਕਰੇਜ ਇਜ਼ EXP ਰਿਐਲਿਟੀਜ਼ ਵਰਲਡਸ ਲਾਰਜੈਸਟ ਰੀਅਲ ਸਟੇਟ ਬ੍ਰੋਕਰੇਜ। So, Kathleen, you want to say anything about Florida and to people who wants to move from Toronto, Canada? Well, today's sky is not indicative of what our skies normally are. It's supposed to be blue, but it's you know why it is today. Because this is Toronto weather. That's you brought that, it with you? Yeah, we brought it. That's what, that's what we used to, yeah. We just tell you Northerners, don't bring your weather with you. I know, but it's following us unless we will get here, we will buy the home here, right? Yeah. And then we'll make you Floridians and that you'll stop following you. But normally blue skies, gorgeous weather, 80 degrees. Central Florida has something to offer for everybody. Yeah. We have the beaches close by, rocket launches, Disney, Universal, all the parks, and wonderful family communities to raise your kids. It offers something for everybody. When we used to come in Florida, we just go Disney or go on cruise and go back from there. We didn't see this world, but I showed people in my video, right? It's totally different, and I'm pretty sure that Canadian people is gonna love this neighborhood, this experience, what we are going to share. And we have so much more to share in the future. Yeah, definitely. Neighborhoods and areas you haven't seen that are just drop-dead gorgeous. Yeah, definitely. We will work in the future with you, and we will explore more neighborhoods. And it's only one thing we missed today, that is short-term rental. It's like condominium apartments, which we didn't get the showing because of this is the busy season.
and it's March break here in some states, right? Well, and everything stays rented this time of year, so it's hard to get into them. But we'll see everything next time. Thank you, Kathleen. Thank you. All right.